ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹ ਦੇ ਨਜ਼ਦੀਕ ਪਿੰਡ ਫੱਕੜਸਰ ਵਿਖੇ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਵਾਰਦਾਤ ਦੀ ਸਾਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਸੂਚਨਾ ਮਿਲਣ 'ਤੇ ਥਾਣਾ ਗਿੱਦੜਬਾਹਾ ਦੀ ਪੁਲਿਸ ਅਤੇ DSP ਜਸਵੀਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਨਗਰ ਨੇ ਦੇਖਿਆ ਕਿ ਤਾਲੀ ਟੁੱਟੀ ਆ, ਉਹ ਚੈੱਕ ਕਰ ਰਹੇ ਹਾਂ ਕੀ ਗੱਲਬਾਤ ਹੋਈ ਆ ਪਿੰਡ ਵਾਲੇ, ਬਾਕੀ ਦਿਖਾਉਂਦੇ ਜਗਰਨ ਸਾਹਿਬ ਜਿਵੇਂ ਕਹਿਣਗੇ ਆਪਾਂ ਕਾਰਵਾਈ ਕਰ। ਕਿਸ ਮੰਸ਼ਾ ਨਾਲ ਸਰ ਕੋਈ ਲੱਗ ਰਿਹਾ ਤੁਹਾਨੂੰ ਦੱਸ ਰਹੇ ਜੀ ਕੋਈ? ਬਸ ਆਇਆ ਅਤੇ ਉੱਥੇ ਦੇਖਦੇ ਹਾਂ ਵੀਡੀਓ ਕੈਮਰੇ ਤੋਂ, ਮਤਲਬ ਚੋਰੀ ਚਾਰੀ ਨਿਗਾਹ ਨਾਲ ਹੀ ਆਇਆ ਗਿਆ। ਉਹ ਜਿਹੜਾ ਗੋਲਕ ਸਾਹਿਬ ਆ ਗੁਰੂ ਘਰ ਦਾ, ਉਹਨੂੰ ਚੈੱਕ ਕਰ ਰਿਹਾ ਜੀ, ਬਾਕੀ ਦੇਖਦੇ ਹਾਂ ਫੋਟੋ ਦੇ ਵਿੱਚ ਕੀ ਗੱਲ। ਕਿੰਨੇ ਬੰਦੇ? ਕਿੰਨੇ? ਦੋ ਅੱਜ ਦੇਖੇ ਤੁਹਾਨੂੰ।